ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਅਸਲਾਮ ਅਲੈਕੁਮ ਵਿਵਰਸ ਕੀ ਹਾਲ ਨੇ ਮੇਦੇ ਸਾਰੇ ਠੀਕ ਹੋਣਗੇ ਅੱਲਾਹ ਤਾਲਾ ਸਾਰਿਆਂ ਨੂੰ ਆਪਣੇ ਘਰਾਂ ਚ ਖੁਸ਼ ਰੱਖੇ ਆਬਾਦ ਰੱਖੇ ਆਮੀਨ ਸੁਮਾ ਆਮੀਨ ਜਿਤੇ ਵਿਵਰਸ ਅੱਜ ਬਣਾਵਾਂਗੇ ਮਾਂਡਾ ਪੱਟੀ ਬਹੁਤ ਹੀ ਆਸਾਨ ਜੀ ਰੈਸਪੀ ਆ ਤੁਸੀਂ ਅੱਜ ਤੋਂ ਬਾਅਦ ਤੁਹਾਨੂੰ ਕੋਈ ਹੋਰ ਵੀਡੀਓ ਨਹੀਂ ਦੇਖਣੀ ਪੈਗੀ ਇੰਨੇ ਆਸਾਨ ਤਰੀਕੇ ਨਾਲ ਤੁਹਾਨੂੰ ਦੱਸਾਂਗੇ ਇਹੀ ਸ਼ੀਟ ਤਿਆਰ ਕਰਕੇ ਤੁਸੀਂ ਇਹਦੇ ਨਾਲ ਸਮੋਸੇ ਵੀ ਬਣਾ ਸਕਦੇ ਹੋ ਰੋਲ ਵੀ ਬਣਾ ਸਕਦੇ ਹੋ ਚਲੋ ਦੇਖਦੇ ਆਪਾਂ ਇਹਨੂੰ ਕਿਸ ਤਰ੍ਹਾਂ ਬਣਾਇਆ ਤੁਹਾਨੂੰ ਵੀਡੀਓ ਚੰਗੀ ਲੱਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਜੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਆ ਜੇ ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਾਈ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ ਦੇਖੋ ਮਾਸ਼ਾਅੱਲਾ ਕਿੰਨੀਆਂ ਜ਼ਬਰਦਸਤ ਬਹੁਤ ਹੀ ਬਾਰੀਕ ਸ਼ੀਟਾਂ ਪਾ ਮਨਾ ਕੇ ਤਿਆਰ ਕੀਤੀਆਂ ਆਪਣੀ ਜ਼ਰੂਰਤ ਦੇ ਮਤਾਬਿਕ ਤੁਸੀਂ ਮੈਦਾ ਲੈ ਲੈਣਾ ਵਾ ਤੇ ਇਹਦੇ ਵਿੱਚ ਸਿਰਫ ਇੱਕ ghee ਦੀ ਕੁਆਂਟੀਟੀ ਦਾ ਹੁੰਦਾ ਵਾ ਕਿ ਤੁਸੀਂ ਕਿਸ ਹਿਸਾਬ ਦੇ ਨਾਲ ਉਹਦੇ ਵਿੱਚ ਸ਼ਾਮਲ ਕਰਨੀ ਆ ਥੋੜੀ ਜੀ ਅਜਵਾਈਨ ਪਾ ਲਓ ਬਹੁਤ ਜ਼ਿਆਦਾ ਵੀ ਨਾ ਪਾ ਲਿਓ ਤੇ ਨਮਕ ਥੋੜਾ ਜਿਹਾ ਸ਼ਾਮਲ ਕਰਾਂਗੇ ਆਪਣੇ ਟੇਸਟ ਦੇ ਅਕੋਰਡਿੰਗ ਇਹਨੂੰ ਮਿਕਸ ਕਰਾਂਗੇ ਆਇਲ ਸ਼ਾਮਿਲ ਕਰ ਲੋ ਜਾਂ ਤੁਸੀਂ ਘੀ ਸ਼ਾਮਿਲ ਕਰ ਲੋ ਜਿਹੜੀ ਚੀਜ਼ ਮਰਜ਼ੀ ਸ਼ਾਮਿਲ ਕਰ ਲੋ ਵੈਸੇ ਘੀ ਦੇ ਨਾਲ ਜ਼ਿਆਦਾ ਕ੍ਰਿਸਪੀਆਂ ਬਣਦੀਆਂ ਵਾ ਇਸ ਦਫਾ ਮੈਂ ਇਹਦੇ ਵਿੱਚ ਆਇਲ ਹੀ ਸ਼ਾਮਿਲ ਕੀਤਾ ਵਾ ਤੇ ਇੰਨਾ ਤੁਸੀਂ ਸ਼ਾਮਿਲ ਕਰਨਾ ਵਾ ਕਿ ਜਦੋਂ ਨਾ ਆਟਾ ਜਿਹੜਾ ਵਾ ਨਾ ਮੁਠੀ ਤਰ੍ਹਾਂ ਬੰਨਣਾ ਸ਼ੁਰੂ ਹੋ ਜਵੇ ਜਿਸ ਤਰ੍ਹਾਂ ਆਪਾਂ ਸਮੋਸੇ ਦੀ ਡੋ ਬਣਾਈਦੀ ਆ ਥੋੜਾ ਥੋੜਾ ਪਾਣੀ ਲਾ ਕੇ ਇਹਨੂੰ ਹਾੜ੍ਹ ਜਿਹਾ ਗੁੰਨ ਕੇ ਰੱਖ ਲਾਂਗੇ ਤੇ ਥੋੜੀ ਦੇਰ ਵਾਸਤੇ ਇਹਨੂੰ ਰੈਸਟ ਦਵਾਂਗੇ ਜਸਤਿੰਦਰ ਤੋਂ ਬਾਅਦ ਇਹਦੇ ਆਪਾਂ ਪੀੜੇ ਬਣਾ ਲਏ ਆ ਬਹੁਤ ਹੀ ਆਸਾਨ ਰੈਸਪੀ ਆ ਬਿਲਕੁਲ ਜਿਸ ਤਰ੍ਹਾਂ ਆਪਾਂ ਸੇਮ ਮੈਦਾ ਜਿਸ ਤਰ੍ਹਾਂ ਗੁੰਨੀ ਦਾ ਨਾ ਉਹਦਾ ਸਮੋਸੇ ਦਾ ਸੇਮ ਉਸੇ ਤਰੀਕੇ ਦੇ ਨਾਲ ਤੁਸੀਂ ਇਹਨੂੰ ਗੁੰਨਣਾ ਵਾ ਥੋੜਾ ਜਿਆਦਾ ਟਾਈਟ ਰੱਖ ਕੇ ਗੁੰਨਣਾ ਵਾ ਤੇ ਹੁਣ ਛੋਟੀਆਂ-ਛੋਟੀਆਂ ਟਿਕੀਆਂ ਬੇਲ ਲਾਂਗੇ ਇੱਕ ਦਫਾ ਪਹਿਲੇ ਸਾਰੀਆਂ ਮੇਰੇ ਬਾਕੀ ਦੇ ਚੈਨਲ ਦਾ ਵੀ ਵਿਜ਼ਿਟ ਕਰੋ ਜ਼ਬਰਦਸਤ ਜੀਆਂ افطار ਸਪੈਸ਼ਲ ਰੈਸਪੀ ਚੈਨਲ ਤੇ ਪਈਆਂ ਹੋਈਆਂ ਨੇ ਤੇ ਇਸ ਤਰ੍ਹਾਂ ਛੋਟੇ ਸਾਈਜ਼ ਦੀਆਂ ਟਿਕੀਆਂ ਤੁਸੀਂ ਬੇਲ ਲੈਣੀਆਂ ਵਾ ਸਾਰੀਆਂ ਇੱਕ ਹੀ ਦਫਾ ਕੋਈ ਸਾਈਜ਼ ਜਿਹੜਾ ਵਾ ਤਕਰੀਬਨ ਕੋਸ਼ਿਸ਼ ਕਰੀਓ ਕਿ ਸੇਮ ਹੀ ਹੋਵੇ ਜੇ ਜ਼ਿਆਦਾ ਬੜੀ ਛੋਟੀ ਹੋਏਗੀ ਤੇ ਫਿਰ ਤੁਹਾਨੂੰ ਜਦੋਂ ਤੁਸੀਂ ਇਕੱਠੀਆਂ ਕਰਕੇ ਬੇਲੋਗੇ ਤੇ ਉਹਦੇ ਵਿੱਚ ਮਸਲਾ ਹੋਏਗਾ ਫਿਰ ਵੀ ਕੋਈ ਨਾ ਕੋਈ ਹੋ ਤੇ ਜਾਂਦੀ ਹੈ ਲੇਕਿਨ ਫਿਰ ਵੀ ਪਹਿਲੇ احتیاط ਜ਼ਰੂਰੀ ਹੈ ਆਇਲਿੰਗ ਕਰਾਂਗੇ ਅੱਛੇ ਤਰੀਕੇ ਦੇ ਨਾਲ ਉੱਪਰ ਥੋੜਾ ਜਿਹਾ ਮੈਦਾ ਡਸਟ ਕਰਾਂਗੇ ਇੱਕ ਟਿੱਕੀ ਦੇ ਉੱਪਰ ਤੇ ਇਹਦੇ ਉੱਪਰ ਦੂਸਰੀ ਟਿੱਕੀ ਰੱਖਾਂਗੇ ਥੋੜਾ ਜਿਹਾ ਸਾਈਜ਼ ਦਾ ਫਰਕ ਲੱਗੇ ਤੇ ਉਹਨੂੰ ਪਹਿਲੇ ਹੀ ਹੱਥੇ ਨਾਲ ਸੇਕ ਕਰ ਲਓ ਤੇ ਦੁਬਾਰਾ ਉਹਦੇ ਉੱਪਰ ਆਪਾਂ ਆਇਲਿੰਗ ਕਰਾਂਗੇ ਮੈਦਾ ਡਸਟ ਕਰਾਂਗੇ ਫਿਰ ਦੁਬਾਰਾ ਉੱਪਰ ਦੁਬਾਰਾ ਆਡੀਓ ਉੱਪਰ ਫੇਰ ਆਪਾਂ ਆਇਲਿੰਗ ਕੀਤੀ ਅਤੇ ਦੁਬਾਰਾ ਮੈਦਾ ਡਸਟ ਕਰ ਲਿਆ ਵਾ ਪੰਜਾਂ ਛੇ ਟਿਕੀਆਂ ਦਾ ਸੈੱਟ ਜਿਹੜਾ ਨਾ ਤੁਸੀਂ ਆਸਾਨੀ ਦੇ ਨਾਲ ਬੇਲ ਸਕਦੇ ਹੋ ਤੇ ਇਸ ਤੋਂ ਜ਼ਿਆਦਾ ਦੀ ਕੋਸ਼ਿਸ਼ ਨਾ ਕਰਿਓ ਫੇਰ ਤੰਗ ਹੋਵੋਗੇ ਤੇ ਇਹ ਦੇਖੋ ਆਖਰੀ ਵਾਲੀ ਦੇ ਉੱਪਰ ਤੁਸੀਂ ਮੈਦਾ ਜਾਂ ਆਇਲ ਕੋਈ ਚੀਜ਼ ਨਹੀਂ ਲਾਣੀ ਤੇ ਇੱਕ ਦਫਾ ਇਹਨਾਂ ਨੂੰ ਦੁਬਾਰਾ ਹੱਥ ਦੇ ਨਾਲ ਬੇਲ ਕੇ ਨਾ ਇਸ ਤਰ੍ਹਾਂ ਬਰਾਬਰ ਕਰ ਲਵੋ ਤਾਂ ਕਿ ਜਿਹੜੀ ਕੋਈ ਛੋਟੀ ਵੱਡੀ ਹੋਵੇ ਉਹ ਠੀਕ ਹੋ ਜਾਵੇ ਤੇ ਹੁਣ ਇਹਨਾਂ ਨੂੰ ਦੁਬਾਰਾ ਆਪਾਂ ਬੇਲਾਂਗੇ ਟੂਟੀ ਦੇ ਸਾਈਜ਼ ਦੀ ਆਪਾਂ ਬੇਲ ਲਈ ਆ ਤਵਾ ਆਪਾਂ ਪਹਿਲੇ ਹੀ ਪ੍ਰੀ ਹੀਟ ਕਰਕੇ ਰੱਖ ਲਿਆ ਵਾ ਤੇ ਹੁਣ ਇਹਦੇ ਉੱਪਰ ਆਪਾਂ ਇਹਨੂੰ ਪਾ ਦਿਆਂਗੇ ਬਿਸਮਿਲਲਾਹਿ ਰਹਿਮਾਨਿ ਰਹੀਮ ਬਸ ਤਵੇ ਦੇ ਸਾਈਜ਼ ਦੇ ਤੁਸੀਂ ਬਣਾਉਣੀ ਆ ਇਸ ਤੋਂ ਜ਼ਿਆਦਾ ਵੱਡੀ ਤੇ ਬਣ ਨਹੀਂ ਸਕਦੀ ਤਕਰੀਬਨ 30 ਸੈਕਿੰਡ ਤੋਂ ਬਾਅਦ ਤੁਸੀਂ ਇਹਦੀ ਸਾਈਡ ਚੇਂਜ ਕਰ ਦੇਣੀ ਆ ਬਹੁਤ ਜ਼ਿਆਦਾ ਇਹਦੀ ਪਕਾਈ ਨਹੀਂ ਕਰਨੀ ਕਿਉਂਕਿ ਸਾਈਡ ਤੋਂ ਤੁਸੀਂ ਜ਼ਿਆਦਾ ਦੇਰ ਤੱਕ ਪਕਾ ਲੋਗੇ ਤੇ ਉਹ ਫਿਰ ਰੋਟੀਦਰਾਹੋਂ ਸਖਤ ਹੋ ਜਾਏਗੀ ਬਸ ਥੋੜੀ ਥੋੜੀ ਪਕਾਈ ਕਰਨੀ ਆ ਥੋੜੀ ਥੋੜੀ ਸਿਕਾਈ ਕਰਕੇ ਤੇ ਇਹਨੂੰ ਤੁਸੀਂ ਸਾਈਡ ਚੇਂਜ ਕਰਦੇ ਰਹਿਣਾ ਵਾ ਤੇ ਫਿਰ ਚੈੱਕ ਕਰ ਲੈਣਾ ਵਾ ਜਦੋਂ ਪੱਟੀ علیحدਾ ਹੋਣੀ ਸ਼ੁਰੂ ਹੋ ਜਾਵੇ ਤੇ ਫਿਰ ਸਮਝ ਲਓਗੇ ਤੁਹਾਡੀ ਜਿਹੜੀ ਮਾਂਡਾ ਪੱਟੀ ਤਿਆਰ ਹੋ ਗਈ ਆ ਤੇ ਇਹਨੂੰ ਆਪਾਂ ਦਵੇ ਤੋਂ ਉਤਾਰ ਲਿਆ तकरीबन 1 ਤੋਂ 1.5 ਮਿੰਟ ਲੱਗਾ ਵਾ ਸਾਰੀਆਂ ਨੂੰ ਇੱਕ ਦਫਾ ਥੋੜਾ ਥੋੜਾ ਕਰਕੇ ਹੀ ਆਪਾਂ ਸੇਕਿਆ ਇੱਕ ਹੀ ਦਫਾ ਜ਼ਿਆਦਾ ਹੀਟ ਨਹੀਂ ਲਗवानी ਇੱਕ ਸਾਈਡ ਤੋਂ ਤੇ ਇਹ ਦੇਖੋ ਮਾਸ਼ਾਅੱਲਾ ਦੇਖੋ ਕਿੰਨੀ ਜ਼ਬਰਦਸਤ ਬਹੁਤ ਹੀ ਆਸਾਨੀ ਦੇ ਨਾਲ ਆਪਣੀ ਜਿਹੜੀ ਆ ਮੰਡਪੱਟੀ ਤਿਆਰ ਹੋ ਗਈ ਹੈ ਤੇ ਆਸਾਨੀ ਦੇ ਨਾਲ ਉੱਤਰ ਵੀ ਗਈ ਹੈ ਬਿਲਕੁਲ ਵੀ ਚਿਪਕੀ ਨਹੀਂ ਕਿ ਤੂੰ ਫੱਟੀ ਨਹੀਂ ਤੇ ਐਸੀ ਤਰੀਕੇ ਦੇ ਨਾਲ ਆਪਾਂ ਸਾਰੀਆਂ ਜੜੀਆਂ ਉਹਨਾਂ ਨੂੰ علیحدہ ਕਰ ਲਵਾਂਗੇ ਤੁਹਾਨੂੰ ਵੀਡੀਓ ਚੰਗੀ ਲੱਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਜੇ ਚੈਨਲ ਤੇ ਨਵੇਂ ਦਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਜੇ ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਆ ਤਾਂ ਕਿ ਆਉਣ ਵਾਲੀ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਾਈਨਲ ਪਹੁੰਚ ਸਕੇ ਦੇਖੋ ਮਾਸ਼ਾਅੱਲ ਕਿੰਨੀ ਟ੍ਰਾਂਸਪੇਰੈਂਟ ਬਣੀ ਹੈ ਗਰਮਾਹ ਜੀ ਅਗੀ ਤੇ ਹੱਥ ਨਹੀਂ ਲੱਗ ਰਿਹਾ ਬਹੁਤ ਹੀ ਆਸਾਨੀ ਦੇ ਨਾਲ ਅਲੱਗਾ ਹੋ ਗਈਆਂ ਦਾ ਮਤਲਬ ਹੈ ਕਿ ਅੱਛੇ ਤਰੀਕੇ ਦੇ ਨਾਲ ਹੀ ਕੁੱਕ ਹੋ ਗਈਆਂ ਤੇ ਇਹ ਦੇਖੋ ਮਾਸ਼ਾਅੱਲਾ ਕਿੰਨੀ ਸੌਫਟ ਵਾ ਜਿਸ ਤਰ੍ਹਾਂ ਮਰਜ਼ੀ ਤੁਸੀਂ ਇਹਨੂੰ ਫੋਲਡ ਕਰ ਲਓ ਬਿਲਕੁਲ ਵੀ ਟੁੱਟੇਗੀ ਨਹੀਂ ਤੇ ਐ ਆਪਣੀਆਂ ਸਾਰੀਆਂ ਪੱਟੀਆਂ ਤਿਆਰ ਹੋ ਗਈਆਂ ਹੁਣ ਇਹਨਾਂ ਦੀ ਆਪਾਂ ਕਟਿੰਗ ਕਰਾਂਗੇ ਸਾਈਡਾਂ ਵਾਲੇ ਤੇ ਕਿਨਾਰੇ ਆ ਤੁਸੀਂ ਉਤਾਰ ਲਓ ਤੇ ਇਹਨਾਂ ਨੂੰ ਵੀ ਤੁਸੀਂ ਜ਼ਾਇਆ ਨਹੀਂ ਕਰਨਾ ਇਹਨਾਂ ਦੀ ਪਾਪੜੀ ਬਣ ਸਕਦੀ ਆ ਜਾਂ ਵੈਸੇ ਬਿਲਕੁਲ ਛੋਟਾ ਸਮੋਸਾ ਜੇ ਤੁਸੀਂ ਮਿਨੀ ਸਮੋਸਾ ਬਣਾਉਣਾ ਚਾਹੁੰਦੇ ਹੋ ਉਹ ਵੀ ਬਣ ਜਾਏਗਾ ਇਹਦੇ ਨਾਲ ਤੇ ਇਹਨਾਂ ਨੂੰ ਤੁਸੀਂ ਜ਼ਾਇਆ ਨਹੀਂ ਕਰਨਾ ਤੇ ਇਹ ਦੇਖੋ ਮਾਸ਼ਾਅੱਲਾ ਰੋਲ ਦੀ ਸ਼ੀਟ ਆਪਣੀ ਤਿਆਰ ਹੋ ਗਈ ਆ ਤੇ ਜੇ ਤੁਸੀਂ ਸਮੋਸੇ ਦੀ ਬਣਾਣੀ ਆ ਤੇ ਇਹਨੂੰ ਦਰਮਿਆਨ ਦੇ ਵਿੱਚੋਂ ਇੱਕ ਦਫਾ ਹੋਰ ਨੂੰ ਕੱਟ ਲਓ ਤੇ ਪੀਸ ਛੋਟੇ ਹੋ ਜਾਣਗੇ ਤੇ ਉਹਦੇ ਨਾਲ ਤੁਸੀਂ ਸਮੋਸਾ ਬਣਾ ਸਕਦੇ ਹੋ ਮੈਂ ਅੱਜ ਰੋਲ ਵਾਸਤੇ ਬਣਾਈ ਆ ਤੇ ਇਸ ਲਈ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਕਿ ਚਲੋ ਪੱਟੀ ਦੀ ਰੈਸਪੀ ਜਿਹੜੀ ਆ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਜਾਵੇ ਤਾਂ ਕਿ ਤੁਹਾਡੇ ਵਾਸਤੇ ਵੀ ਆਸਾਨੀ ਹੋਵੇ ਰਮਜ਼ਾਨ ਸ਼ਰੀਫ 'ਚ ਤੁਹਾਨੂੰ ਬਾਹਰੋਂ ਨਾ ਲੈ ਕੇ ਆਣੀ ਪਵੇ ਵੀਡੀਓ ਚੰਗੀ ਲੱਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਜੇ ਚੈਨਲ ਤੇ ਨਵੇਂ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਜੇ ਵੈਲਕਮ ਨੂੰ ਜ਼ਰੂਰ ਪ੍ਰੈਸ ਕਰਾਇਆ ਤਾਂ ਕਿ ਆਉਣ ਵਾਲੀ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ ਦੇਖੋ ਮਾਸ਼ਾਅੱਲ੍ਲ੍ਹਾ ਬਹੁਤ ਹੀ ਜ਼ਬਰਦਸਤ ਪੱਟੀ ਬਣ ਕੇ ਤਿਆਰ ਹੋਈ ਹੈ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਤੱਕ ਲਈ ਅੱਲਾ ਹਾਫਿਜ਼